ਸਤਿ ਸ੍ਰੀ ਅਕਾਲ ਭਗਵੰਤ ਮਾਨ ਸਾਹਿਬ, ਤੂੰ ਆਪਣੇ ਪੰਜਾਬ ਦਾ ਮੁੱਖ ਮੰਤਰੀ ਆ। ਲੱਖੇ ਸਧਾਣੇ ਨੇ ਸਾਡੇ ਗੁੱਜਰ ਬਰਾਦਰੀ ਨਾਲ ਬੜਾ ਧੱਕਾ ਕਰ ਰਿਹਾ ਵਾ। ਨਾ ਉਹ ਹੈਗਾ MLA, ਨਾ ਉਹ ਹੈਗਾ MP, ਨਾ ਉਹ ਹੈਗਾ ਸਰਪੰਚ, ਨਾ ਹੈਗਾ ਕੋਈ ਜੰਗਲਾਤ ਮਹਿਕਮੇ ਦਾ ਲੱਗਾ ਹੋਇਆ ਕੋਈ ਵੀ ਕਲਾਰਕ। ਅਸੀਂ ਅਨਪੜ੍ਹ ਗੁੱਜਰ ਹੈਗੇ ਹਾਂ। ਲੱਖੇ ਸਧਾਣੇ ਨੂੰ ਮੈਂ ਇਹ ਕਹਿਣਾ ਚਾਹੁੰਦਾ ਵਾਂ, ਰਾਂਝਾ ਗੁੱਜਰ ਪਿੰਡ ਚਗਾਵਾਲਾ, ਜੇ ਸਾਡੇ ਪਿੰਡ 'ਚ 5 ਕਨਾਲ 4 ਠੇਕਾ ਅਸੀਂ ਦੇਣਾ ਗੁੱਜਰਾਂ ਨੇ, ਸਾਨੂੰ ਠੇਕੇ 'ਤੇ ਪੈਲੀ ਦੇ ਦਿਓ, ਅਸੀਂ ਪਸ਼ੂ ਨਾ ਲੈ ਕੇ ਜਾਈ। ਇਹ ਸਾਡੇ ਕੌਮ ਦੇ ਬਾਰ ਖਿਲਾਫ਼ ਹੋ ਰਿਹਾ। ਕਿਉਂ ਹੋ ਰਿਹਾ? ਸਾਡੀਆਂ ਭੈਣਾਂ ਧੀਆਂ ਨੂੰ ਕਮੈਂਟ ਗਲਤ ਕਰ ਰਿਹਾ। ਕਿਉਂ ਕਰ ਰਹੇ ਇਹਦੇ ਬੰਦੇ? ਕਿਉਂ ਕਰ ਰਹੇ ਆ? ਇਹ ਭਈਆਂ ਨੂੰ ਕੱਢੇ, ਲੁਧਿਆਣੇ ਆ ਜਾਵੇ, ਜਲੰਧਰ ਆ ਜਾਵੇ। ਇੱਕ ਨਵਾਂ ਜਲੰਧਰ ਆ ਰਿਹਾ, ਸੰਗਰੂਰ ਤੋਂ ਇਹ ਲਾਈਵ ਪਾ ਰਿਹਾ। ਆਹ ਦੇਖੋ, ਇੱਕ ਗੁੱਜਰ ਨੂੰ ਜਲੀਲ ਕਰ ਰਿਹਾ, ਸਾਡੇ ਗੁੱਜਰ ਨੂੰ ਇੱਕ ਜਲੀਲ ਕਰ ਰਿਹਾ ਇਸ ਟਾਈਮ। ਕਾਹਦੇ ਵਾਸਤੇ ਜਲੀਲ ਕਰ ਰਿਹਾ ਵਾ? ਵਜ੍ਹਾ ਕੀ ਆ ਗੁੱਜਰਾਂ ਦੀ? ਕਹਿੰਦੇ ਤੇਰੀਆਂ ਮੱਝਾਂ ਲੱਖ ਦੀਆਂ, ਇਹਦੀਆਂ ਕਰੋੜ ਦੀਆਂ। ਤੂੰ ਅੰਬ ਲੈਣ, ਦਾਣੇ ਲੈਣੇ ਆ ਸਾਡੇ ਤੋਂ, ਤੂੰ ਆਪਣਾ ਕੰਮ ਕਰ। ਤੇਰੇ ਕਰਕੇ ਸਾਰੀ ਦੁਨੀਆ ਭੜਕੀ ਫਿਰਦੀ ਆ। ਤੂੰ ਭਈਏ ਕਢਾਉਣੇ ਆ, ਕਢਾ ਲਾ ਕੇ। ਆਹ ਤੈਨੂੰ ਵੀਡੀਓ ਦਿਖਾਤੀ ਆ, ਤੂੰ ਸਾਡੇ ਬਰ ਖਿਲਾਫ਼ ਬੋਲੇਂਗਾ, ਤੇਰੇ ਬਰ ਖਿਲਾਫ਼ ਸਾਰਾ ਧਰਨਾ ਲੱਗਣਗੇ, ਰੋਡ ਜਾਮ ਹੋਣਗੇ। ਤੇਰੇ ਪਿੰਡ ਮੱਝਾਂ ਲੈ ਕੇ 1000 ਬੰਦਾ ਮੱਝਾਂ ਉੱਥੇ ਆਉਣਗੇ ਗੁੱਜਰ ਦੀਆਂ, ਰਾਂਝਾ ਗੁੱਜਰ ਪਿੰਡ 'ਚ ਗਾਵਾਂ। CM ਸਾਹਿਬ ਆ, ਦੇਖੋ ਸਾਰੇ ਪੱਤਰਕਾਰਾਂ ਨੂੰ ਮੈਂ ਬੇਨਤੀ ਕਰਦਾ, ਖਬਰ ਗਾਂ ਤੋਂ ਗਾਂ ਫੈਲਾਓ, ਕਿਸੇ ਗਰੀਬ ਨੂੰ ਧੱਕਾ ਨਾ ਕੀਤਾ ਜਾਵੇ। ਸੁਣੋ, ਲੱਖੇ ਸਧਾਣੇ ਨੇ ਕੀ ਆਖਿਆ ਸੀ ਗੁੱਜਰ ਨੂੰ? ਕਿੱਥੋਂ ਆਉਣਾ ਤੁਸੀਂ? ਆ ਸਾਰਾ ਫਨਾਹ ਕਰਦੇ ਫਿਰਦੇ ਹੋ, ਦਰਖਤਾਂ ਦਾ ਯਾੜਾ ਕਰਦੇ ਫਿਰਦੇ ਹੋ। ਦਰਖਤ ਨਹੀਂ, ਇਹ ਤੇਰੇ ਛਿੱਕਲਾ ਚਾੜਿਆ ਇਹਨਾਂ ਦੇ ਮੂੰਹ ਦੇ ਉੱਤੇ ਵੀ, ਇਹ ਦਰਖਤ ਔਸ਼ਧੀਆਂ ਨੀ ਖਾਂਦੀਆਂ। ਤੈਨੂੰ ਮੈਂ ਜਿਹੜੀ ਗੱਲ ਪੁੱਛਦਾ ਵੀ ਇਹਦੇ ਤੇਰਾ ਮੂੰਹ ਫੜਿਆ, ਉਹ ਖਾਈ ਜਾਂਦੀ, ਉਹਦਾ ਮੂੰਹ ਫੜ ਦੇਗਾ ਜਾ ਕੇ? ਹਜ਼ਾਰਾਂ ਪਸ਼ੂ ਤੁਸੀਂ ਲੈ ਕੇ ਰੋਜ਼ ਇੱਥੇ ਹਜ਼ਾਰਾਂ ਦਰਖਤਾਂ ਦਾ ਨੁਕਸਾਨ ਕਰਦੇ। ਉੱਤੋਂ ਯਾਰ ਕੇ ਹਜ਼ਾਰਾਂ ਮਿਲਦੇ ਸਨ, ਉਹ ਲੁਧਿਆਣੋਂ ਲੈ ਕੇ ਆ ਬਰਨਾਲੇ ਤੱਕ ਘੱਟੋ ਘੱਟ 20 ਟੋਲੇ ਮਿਲ ਗਏ ਸਨ। ਦਰਿਆ ਦੇ ਪਰਲੇ ਪਾਸੇ, ਹੁਣ ਪਹਿਲਾਂ ਦਰਿਆ ਦੇ ਪਰਲੇ ਪਾਸੇ ਤੁਸੀਂ ਗੰਦ ਪਾਇਆ, ਹੁਣ ਇੱਧਰ ਨੂੰ ਹੋ ਤੁਰੇ ਤੁਸੀਂ? ਸਾਡੀ ਜਗ੍ਹਾ ਇੱਥੇ ਮਹਿਲਾਂ ਲਈ ਹੋਈ ਹੈ। ਤੇਰੀ ਜਗ੍ਹਾ ਲਈ ਹੈ? ਤੇਰੀ ਆਹ ਵੀ ਜਗ੍ਹਾ ਲਈ ਹੈ? ਜਵਾਬ ਤੂੰ ਕਹਿੰਦਾ ਸੀ ਮੈਂ ਗਰੀਬ ਹਾਂ, ਖੜੇ ਖੜੇ ਰਹਿ। ਗੱਲ ਸੁਣ, ਕਿੰਨੇ ਲੱਖ ਦਾ ਮਾਲ ਆ ਤੇਰੇ ਕੋਲੇ? ਹੁਣ ਸਾਨੂੰ ਇੰਨਾ ਕੀ ਪਤਾ, ਜਾਣੇ ਵੱਧ ਤੋਂ ਵੱਧ 50,000 ਦੀ ਮੱਝ ਸਾਡੇ, 50 ਦੀ ਸਾਡੇ, ਚਲ ਤੂੰ 50 ਦੀ ਸਾਡੇ ਯਾਰ, 40 ਲੱਖ ਮੱਝਾਂ ਗਿਣ ਕਿੰਨੀਆਂ? ਤੂੰ ਕਹਿੰਦਾ ਮੈਂ ਗਰੀਬ ਸਾਡੇ ਵਾਲੀ ਮੱਝ ਜਿਹੜੀਆਂ ਮੋਟੀਆਂ 15-16 ਮੱਝਾਂ ਮੋਟੀਆਂ। ਅੱਛਾ, ਬਸ ਬਾਕੀ ਕੱਟ ਰੋਟ ਰਹੀ ਹੈ, ਦੇਖ ਲੈ ਜਾ ਗਿਣ ਕੇ। ਚਲ ਮੈਂ ਕਹਿੰਦਾ ਤੇਰੇ ਹਿਸਾਬ ਨਾਲ ਚੱਲ, ਤੇਰੀਆਂ 15 ਮੱਝਾਂ, 50,000 ਸਾਨੂੰ ਕਿੰਨੀਆਂ ਹੋ ਗਈਆਂ? ਇਹ 7.5 ਲੱਖ ਦੀ। ਗਰੀਬ ਆ ਫਿਰ? ਗਰੀਬ ਆ, ਟਾਈਮ ਪਾਸ ਉਹਦਾ ਹੀ ਹੈ ਨਾ, ਇਹੀ ਜਿਹੜਾ ਹੋਰ ਜ਼ਮੀਨ ਨਾ ਸਾਡੀ। ਮੇਰੀ ਗੱਲ ਸੁਣ, ਲੱਖ-ਲੱਖ ਡੂਢ-ਡੂਢ ਲੱਖ ਦੀ ਮੱਝ ਆ ਸਾਡੇ ਕੋਲ ਹੈ ਨੀ ਵੀਰੇ, ਚਾ ਦੇਖ ਲੈ। ਹੁਣ ਸਾਰਿਆਂ ਕੋਲ ਹੀ ਆ, ਅਸੀਂ ਦੇਖਦੇ ਤੁਰੇ ਆਉਨੇ ਆ। ਨਹੀਂ ਜਣੇ ਹੁੰਦੇ, ਕਈ ਬੰਦੇ ਕਈ ਆ, ਬੜਾ ਹਰ ਕੰਮ ਲੱਭਿਆ। ਜੇ ਤੂੰ ਗਰੀਬ ਆ, ਕਈ ਬੰਦੇ ਤਕੜੇ ਆ। ਗੱਲ ਸੁਣ, ਜੇ ਤੂੰ ਗਰੀਬ ਆ ਤੇ ਤੂੰ ਆ ਪਸ਼ੂ ਦਰਖਤ ਮਛਾਉਣੇ ਆ? ਨਹੀਂ ਮਛਾਉਂਦੇ। ਫੇਰ ਅਸੀਂ ਨੁਕਸਾਨ ਤੂੰ ਬਹੁਤ ਬਚਾ ਕੇ ਰਿਹਾ ਮਹਿਲਾਂ ਜਨੂ। ਯਾਰ ਵਾਰੀ ਵਾਰੀ ਤੂੰ ਉਹੀ ਗੱਲ ਕਰਦਾ, ਹੁਣ ਜੇ ਤੇਰੇ ਅਸੀਂ ਮਾਰਦੇ ਆ, ਕੋਈ 70 ਪੌਲਾ ਕਰਦੇ ਆ, ਫਿਰ ਵੀ ਅਸੀਂ ਮਾੜੇ ਵੱਜਣੇ ਆ, ਗਰੀਬ ਬੰਦੇ ਨੂੰ ਕੁੱਟਦੇ ਆ। ਠੀਕ ਆ, ਚੱਕਰ ਕੀ ਪਤਾ ਕੀ ਆ, ਮਹਿਲਾਂ ਤੂੰ ਜਨੂ ਮਰਜੀ ਪੁੱਛ, ਉੱਥੇ ਬੂਟੇ ਲੱਗੇ ਆ ਮੈਨੂੰ ਪਤਾ, ਪਹਿਲਾਂ ਤੁਸੀਂ ਸਾਰਾ ਉਹ ਨਾਲ ਪਰਲੇ ਪਾਸੇ ਦਰਿਆ ਦੇ ਲੈ ਕੇ
ਆ ਗੁਰਦਾਸਪੁਰ ਪਠਾਨਕੋਟ ਤੋਂ ਇਧਰ ਨੂੰ ਤੁਰੇ, ਹੁਣ ਤੁਸੀਂ ਆ ਸਾਡੇ ਜ਼ਿਲ੍ਹਿਆਂ ਚ ਵੜ ਗਏ, ਆ ਕੇ ਬਰਨਾਲਾ ਬਠਿੰਡਾ ਮਾਨਸਾ ਚ ਵੜ ਗਏ। ਹਜ਼ਾਰਾਂ ਬੰਦਾ ਤੁਹਾਡਾ ਤੇ ਹਜ਼ਾਰਾਂ ਪਸ਼ੂ ਲਈ ਫਿਰਦਾ ਜਿਹੜਾ ਕਰਦਾ, ਸਾਡੇ ਥੋੜੇ ਡੰਗਰ ਹੈ, ਅਸੀਂ ਚੱਲ ਉੱਥੇ ਰੱਖ ਲਾਂਗੇ। ਨਾ ਸਰਕਾਰ ਸਾਲੀ ਤੁਹਾਡੀ ਖਾਤਰ ਕੋਈ ਕਾਨੂੰਨ ਬਣਾਉਂਦੀ ਹੈ। ਅੱਛਾ ਮੇਰੀ ਗੱਲ ਹੋਰ ਸੁਣ ਲਾ, ਐਕਸੀਡੈਂਟ ਤੁਸੀਂ ਕਰਾਉਂਦੇ ਹੋ ਹਾਈਵੇ ਉੱਤੇ ਲੈ ਕੇ, ਦੋ ਦੋ ਚਾਰ ਚਾਰ ਪਸ਼ੂ ਤੁਰ ਪੈਂਦੇ ਹੋ, ਉਹ ਕੀ ਨੁਕਸਾਨ ਕਰ ਰਹੇ ਤੁਸੀਂ ਲੋਕਾਂ ਦਾ? ਸਰਕਾਰ ਇੱਥੇ ਭੈਣ ਦੀ ਮਿੰਟ ਲਾਉਂਦੀ ਆ, ਸਾਡੇ ਚਲਾਨ ਕੱਟਣ ਲੱਗਿਆ ਵੜ ਕੇ ਰਸਤੇ ਗਰੀਬਾਂ ਤੋਂ ਦੀ ਮਿੰਟ ਚ ਘੇਰ ਲੈਂਦੇ ਵੀ ਲਿਆਓ ਕਿੱਧਰ ਪਾਸੇ ਤੁਰਿਆ ਫਿਰਦਾ, ਤੁਹਾਨੂੰ ਹਜ਼ਾਰਾਂ ਪਸ਼ੂ ਨੂੰ ਰੋਕਦਾ ਤਾਂ ਕੋਈ ਨਹੀਂ। ਮੰਨ ਲਿਆ ਜੇ ਤੁਸੀਂ ਕਹਿ ਰਹੇ ਜੇ ਸੜਕੇ ਚੱਲ ਬੁੱਟੇ ਤੋੜਦੇ ਆ ਨਾ, ਅਸੀਂ ਉੱਥੇ ਪਲਾਟ ਪਲੂਟ ਹੈ ਮਾੜੇ ਮੋਟੇ ਉੱਥੇ ਕਰਨਾ ਹੈ, ਗੁਜ਼ਾਰਾ ਕਰਾਂਗੇ, ਹੋਰ ਕੀ, ਕਿਸੇ ਕੋਲੋਂ ਲੈ ਲਾਂਗੇ, ਬਾਇਰਾ ਬੁਇਰਾ ਲੈ ਕਰਾਂਗੇ, ਇਹੀ ਹੈ। ਸਾਨੂੰ ਅਸਲ ਤਾਂ ਲੋਕਾਂ ਨੂੰ ਉੱਠਣਾ ਪੈਣਾ, ਲੋਕ ਤੁਹਾਨੂੰ ਡਾਂਗ ਖਿੱਚਣਗੇ ਤਾਂ ਤੁਸੀਂ ਖੜੋਗੇ, ਐਂ ਨੀ ਤੁਸੀਂ ਖੜਦੇ। ਜਿੰਨਾ ਨੁਕਸਾਨ ਤੁਸੀਂ ਕਰ ਰਹੇ ਹੋ ਇਸ ਵੇਲੇ, ਜਿੰਨਾ ਦਰਖਤਾਂ ਦਾ ਨੁਕਸਾਨ ਤੁਸੀਂ ਕੀਤਾ, ਆ ਪਿਛਲੇ ਚਾਰ ਪੰਜ ਸਾਲ ਤੋਂ ਫਨਾਹ ਕਰਤਾ ਤੁਸੀਂ, ਜਿੱਥੋਂ ਹੀ ਲੰਘਣ ਲੱਗ ਜਾਂਦੇ ਵੀਰ ਜੀ, ਅਸੀਂ ਕਿਸੇ ਪਾਸੇ ਨਹੀਂ ਜਾਂਦੇ, ਚਾਹੇ ਤੂੰ ਸਾਨੂੰ ਦੇਖ ਵੀ ਲਈ। ਯਾਰ ਤੇਰੇ ਸਾਹਮਣੇ ਚਰੀ ਜਾਂਦੀਆਂ ਤੂੰ ਫੇਰ ਨਹੀਂ ਮੰਨਦਾ, ਉਹੀ ਦੱਸਾਂ ਨਾ ਕਿ ਮਹਿਲ ਕਰ ਤੂੰ ਉਹਦੇ ਬਾਰੇ ਕਿੱਥੇ ਨਹੀਂ ਜਾਂਦੇ, ਆ ਰੋਡ ਆ ਇੱਥੇ ਤੱਕ ਆਉਂਦੇ, ਇੱਥੋਂ ਮੁੜ ਕੇ ਫਿਰ ਮਹਿਲ ਕਰ ਜਾਂਦੇ, ਬਸ ਇਹੀ ਹੈ ਬਸ ਸਾਡਾ, ਹੋਰ ਕੋਈ ਉਹਦੇ ਬਾਰੇ ਕਿੱਥੇ ਜਾਣਦਾ ਨਹੀਂ। ਜਾਵਾਂਗਾ ਕੋਈ ਨਾ, ਤੈਨੂੰ ਕਦੇ ਫੇਰ ਮਿਲਾਂਗੇ ਕੋਈ।